ਸਤਿ ਸ਼੍ਰੀ ਅਕਾਲ ਐਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ। ਆਸ਼ੂਤੋਸ਼ ਦੀ ਸਮਾਧੀ ਤੇ ਹਾਈਕੋਰਟ ਦਾ ਵੱਡਾ ਫੈਸਲਾ, ਦੇਹ ਨੂੰ ਸੰਭਾਲ ਕੇ ਰੱਖਣ ਦੀ ਦਿੱਤੀ ਖੁੱਲ੍ਹ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਡੇਰੇ ਵਿੱਚ ਆਸ਼ੂਤੋਸ਼ ਦੀ ਸਮਾਧੀ ਰਹੇਗੀ ਜਾਰੀ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਹੜਤਾਲ ਤੇ 12 ਤਰੀਕ ਨੂੰ ਤੇਲ ਖਰੀਦਿਆ ਤੇ ਵੇਚਿਆ ਨਹੀਂ ਜਾਵੇਗਾ। ਅਕਾਲੀ ਦਲ ਦੇ ਰਾਜ ਵਿੱਚ ਬਣੀਆਂ ਸੜਕਾਂ ਦੀ ਹਾਲਤ ਹੋਈ ਖਸਤਾ। ਇੱਕ ਹੀ ਬਾਰਿਸ਼ ਤੋਂ ਬਾਅਦ ਬਣੀਆਂ ਸੜਕਾਂ ਟੁੱਟੀਆਂ। ਲੋਕਾਂ ਨੂੰ ਕਾਂਗਰਸ ਸਰਕਾਰ ਤੋਂ ਉਮੀਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਆੜਤੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਫਖਰ ਏ ਕੌਮ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਅਤੇ ਇਸ ਮੌਕੇ ਸੂਬੇ ਭਰ ਦੀਆਂ ਆੜਤੀ ਐਸੋਸੀਏਸ਼ਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕਿਸਾਨਾਂ ਦੀ ਵਿਆਜ ਦਰ ਘਟਾਉਣ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਕੈਪਟਨ ਨੇ ਆੜਤੀਆਂ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਆੜਤੀਆਂ ਵਾਲਾ ਕਰਜ਼ਾ ਮੁਆਫ਼ ਕਰਨ ਲਈ ਇੱਕ ਜੁਆਇੰਟ ਕਮੇਟੀ ਦਾ ਗਠਨ ਤੇ ਵਿਚਾਰ ਕੀਤਾ ਜਾ ਰਿਹਾ। ਆੜਤੀਆਂ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਆੜਤੀਆਂ ਭਾਈਚਾਰੇ ਦੇ ਮੇਰੇ ਵੀਰੋ, ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਆਪ ਨੂੰ ਮਿਲ ਸਕਿਆ। ਅਸੀਂ ਮਿਲੇ ਸੀ ਕੱਲ੍ਹ ਤੁਹਾਡੇ ਜਥੇਬੰਦੀ ਦੇ ਕੁਛ ਸਾਥੀ, ਔਰ ਮੈਂ ਚਾਹੁੰਦਾ ਸੀ ਕਿ ਮੈਂ ਸਾਰਿਆਂ ਨੂੰ ਮਿਲਾਂ, ਕਿਉਂਕਿ ਇਸ ਵੇਲੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਚੰਗਾ ਨਹੀਂ ਚੱਲ ਰਿਹਾ। ਔਰ ਜਦੋਂ ਤਾਈਂ ਆਪਾਂ ਸਾਰੇ ਮੇਰੇ ਤੋਂ ਲੈ ਕੇ ਆੜਤੀ ਐਸੋਸੀਏਸ਼ਨ, ਕਿਸਾਨ, ਹੋਰ ਜੋ ਸੰਬੰਧਿਤ ਨੇ, ਸਾਡੇ ਮੰਡੀ ਬੋਰਡ ਹੋਏ, ਜੋ ਅਸੀਂ ਇੱਕ ਸਾਥ ਹੀ ਚੱਲਾਂਗੇ ਔਰ ਇਹ ਜਿਹੜੀ ਗਰੀਬੀ ਹੈ ਕਿਸਾਨੀ ਦੇ ਵਿੱਚ ਉਹਨੂੰ ਦੂਰ ਨਹੀਂ ਕਰਾਂਗੇ, ਤਾਂ ਹਾਲਾਤ ਠੀਕ ਨਹੀਂ ਬਣਦੇ ਮੈਨੂੰ ਲੱਗਦੇ। ਹੁਣ ਤੁਸੀਂ ਜ਼ਿਕਰ ਕੀਤਾ ਹੈ ਕਿ ਅਸੀਂ ਕੁਛ ਕਰਜ਼ੇ ਮਾਫ਼ ਕੀਤੇ ਨੇ, ਹੋਰ ਹੁੰਦੇ ਮੇਰੇ ਕੋਲ ਤਾਂ ਹੋਰ ਕਰ ਦਿੰਦੇ। ਅਗਰ ਆਪ 31,000 ਦਾ ਨਾ ਕਰਜ਼ਾ ਛੱਡਦੇ ਤਾਂ 31,000 ਆਪਾਂ ਦੇ ਦਿੰਦੇ ਕਿਸਾਨਾਂ ਨੂੰ, ਔਰ ਇਹ ਸਾਰਾ ਸਮੱਸਿਆ ਹੀ ਮੁੱਕ ਜਾਂਦੀ ਸੀ। ਇਸ ਵੇਲੇ ਤਾਂ ਇਹ ਤਾਂ ਅਸੀਂ 5 ਕਿੱਲੇ ਤੱਕ ਜੋ ਗਰੀਬ ਕਿਸਾਨ ਸੀ ਉਹਨੂੰ ਅਸੀਂ ਛੇੜੇ ਹੈ, ਉਹਨਾਂ ਦੇ ਵਾਸਤੇ ਅਸੀਂ ਕੁਛ ਪ੍ਰਬੰਧ ਕੀਤਾ ਹੈ, ਲੇਕਿਨ ਹੋਰ ਵੀ ਨੇ ਜਿਨ੍ਹਾਂ ਦੇ ਹੈ, ਔਰ ਇਹਨਾਂ ਦੇ ਵੀ ਪੂਰਾ ਨਹੀਂ, ਮੈਂ ਤਾਂ ਚਾਹੁੰਦਾ ਸੀ ਪੂਰਾ ਹੀ ਕਰ ਦਿੰਦੇ ਅਸੀਂ, ਕਿਉਂਕਿ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਹਾਲੇ ਵੀ ਇਹ 2 ਲੱਖ ਨਾਲ ਕੁਝ ਜ਼ਿਆਦਾ ਨਹੀਂ ਉਹਨਾਂ ਦਾ ਪੂਰਾ ਹੋ ਸਕਿਆ। ਔਰ ਦੁੱਖ ਮੈਨੂੰ ਹੁੰਦਾ ਜਦ ਮੈਂ ਅਖਬਾਰ ਪੜ੍ਹਦਾ, ਅੱਜ ਸਵੇਰੇ ਵੀ ਇੱਕ ਖੁਦਕੁਸ਼ੀ, ਕੱਲ੍ਹ ਵੀ ਇੱਕ ਖੁਦਕੁਸ਼ੀ, ਕਦੋਂ ਤਾਈਂ ਚੱਲੇਗੀ। ਕੈਪਟਨ ਸਰਕਾਰ ਦੇ 100 ਦਿਨ ਪੂਰੇ ਹੋ ਗਏ ਨੇ, ਜਿਸ ਦਾ ਲੇਖਾ ਜੋਖਾ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦਿੱਤਾ। ਇਹਨਾਂ 100 ਦਿਨਾਂ ਦੇ ਅੰਦਰ ਸਰਕਾਰ ਨੇ ਕੀ ਕੀਤਾ, ਇਸ ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ VIP ਕਲਚਰ ਖਤਮ ਕੀਤਾ, ਮਾਈਨਿੰਗ ਨੂੰ ਖਤਮ ਕੀਤਾ, DTO ਦੀ ਪਾਵਰ ਖਤਮ ਕੀਤੀ, ਨਵੀਂ ਟਰਾਂਸਪੋਰਟ ਪਾਲਿਸੀ ਲਿਆਉਣ ਦੀ ਗੱਲ ਕੀਤੀ ਹੈ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਵੇਂ ਲੋਕਪਾਲ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲੋਕਪਾਲ ਦੇ ਅੰਡਰ ਮੁੱਖ ਮੰਤਰੀ ਵੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਕੰਮ ਗਿਣਵਾਏ, ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਜੋ ਕੰਮ ਨਹੀਂ ਹੋਏ ਜਾਂ ਫਿਰ ਪੂਰੇ ਹੋਣ ਵਾਲੇ ਨੇ ਉਹਨਾਂ ਨੂੰ ਵੀ ਆਪਣੇ 100 ਦਿਨ ਦੇ ਕਾਰਜਕਾਲ ਵਿੱਚ ਰੱਖਿਆ। ਨਾਓ ਇਹਦੇ ਵਿੱਚ ਦਿਸ ਟੋਟਲ ਡੈਟ ਵੇਵਰ ਬਾਈ ਗਿਵਿੰਗ 2 ਲੱਖ ਵਿਲ ਅਮਾਊਂਟ ਟੂ 8,75,000 pounds। ਕੁਛ ਦਾ ਨਹੀਂ, ਕੁਛ ਨਹੀਂ, ਥੋੜ੍ਹਾ ਐਕਸਟਰਾ ਹੋਏਗਾ। ਦੇ ਵਿਲ ਓਨਲੀ ਗੈਟ 2 ਲੱਖ ਇਫ ਦੇ ਹੈਵ ਅ ਡੈਟ ਆਫ 3 ਲੱਖ, ਬਟ 8,75,000 ਟੋਟਲ ਫਾਰਮਰਸ ਦਾ ਪੂਰਾ ਹੋ ਚੁੱਕ, ਐਂਡ 10,25,000 ਵਿਲ ਬੀ ਬੈਨੀਫਿਟਡ ਐਜ਼ ਆਈ ਟੋਲਡ ਯੂ। ਅੱਜ ਐਜ਼ ਫਾਰ ਐਜ਼ ਦੋਜ਼ ਜਿਨ੍ਹਾਂ ਨੇ ਸੁਸਾਈਡ ਕਮਿਟ ਕੀਤੇ ਨੇ, ਉਹ ਵਿਚਾਰੇ ਬੜੇ ਦੁਖੀ ਹੋ ਕੇ ਜਿਨ੍ਹਾਂ ਨੇ ਆਪਣੀ ਖੁਦਕੁਸ਼ੀ ਕੀਤੀ ਹੈ, ਉਹਨਾਂ ਦੀ ਟੋਟਲ ਆਊਟਸਟੈਂਡਿੰਗ ਜਿੰਨੀ ਹੈ ਉਹ ਸਰਕਾਰ ਪੇ ਕਰੇ। ਆਈ ਡੋਂਟ ਨੋ ਦ ਫਿਗਰਸ ਐਟ ਦ ਮੋਮੈਂਟ, ਆਈ ਥਿੰਕ ਦੇ ਵਰ ਅਬਾਊਟ 7,000 ਇੰਕਲੂਡਿੰਗ ਲਾਸਟ ਗਵਰਨਮੈਂਟਸ ਟਾਈਮ, 77 ਤਾਂ ਸਾਡੇ ਟਾਈਮ ਸੀ, 6,000 ਕੁਛ ਉਹਨਾਂ ਦੇ ਸਮੇਂ। ਕਾਰਨ ਇਹ ਹੈ ਕਿ ਵੀ ਕਾਂਟ ਫਾਈਂਡ ਇੰਗਲਿਸ਼ ਟੀਚਰਸ, ਸੋ ਇੰਗਲਿਸ਼ ਟੀਚਰਸ ਜਿਉਂ ਜਿਉਂ ਅਸੀਂ ਇਹਨਾਂ ਨੂੰ ਕਰਾਂਗੇ ਦੈਨ ਵਿਲ ਕੀਪ ਇਨਕਰੀਜ਼ਿੰਗ ਦਿਸ, ਬਿਕੋਜ਼ ਇੰਟਰਨੈਸ਼ਨਲ ਲੈਂਗੁਏਜ ਹਾਲੇ ਵੀ ਇੰਗਲਿਸ਼ ਹੈ, ਐਂਡ ਅਗਰ ਆਪਾਂ ਪੰਜਾਬੀ ਰੱਖਾਂਗੇ
ਚੱਕਾ ਗਰਨੀ ਆਪਾਂ ਟੱਪਣਾ। ਪੰਜਾਬ ਵਿੱਚ ਇਸ ਸਮੇਂ ਸਰਕਾਰ ਨਹੀਂ ਮਾਫੀਆ ਰਾਜ ਹੈ ਤੇ ਹਲਕਾ ਡੇਰਾ ਬਸੀ ਵਿੱਚ ਕਾਂਗਰਸ ਨੇਤਾ ਦੁਆਰਾ ਅਕਾਲੀ ਸਰਪੰਚਾਂ ਤੇ ਕੌਂਸਲਰਾਂ ਤੇ ਝੂਠੇ ਪਰਚੇ ਦਰਜ ਕਰਵਾ ਕੇ ਫਸਾਇਆ ਜਾ ਰਿਹਾ। ਉਹਨਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਜਾਣ ਨਹੀਂ ਤੁਹਾਨੂੰ ਪਰਚਾ ਦੇ ਕੇ ਅੰਦਰ ਕੀਤਾ ਜਾਵੇਗਾ। ਇਹ ਦੋਸ਼ ਹਲਕਾ ਡੇਰਾ ਬਸੀ ਦੇ ਮੌਜੂਦਾ ਵਿਧਾਇਕ ਐਨ ਕੇ ਸ਼ਰਮਾ ਨੇ ਪ੍ਰੈਸ ਕਲੱਬ ਡੇਰਾ ਬਸੀ ਵਿੱਚ ਰੱਖੀ ਪ੍ਰੈਸ ਕਾਨਫਰੰਸ ਵਿੱਚ ਲਗਾਈ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਇਸ ਖਿਲਾਫ ਸੰਘਰਸ਼ ਸ਼ੁਰੂ ਕਰ ਦੇਣਗੇ। ਸ਼ਰਮਾ ਜੀ, ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਕੀ ਮਕਸਦ ਹੈ? 6 ਮਹੀਨੇ ਤੋਂ ਜਦ ਤੋਂ ਹੀ ਸਰਕਾਰ ਬਦਲੀ ਹੈ, ਪਿਛਲੇ 6 ਮਹੀਨੇ ਤੋਂ ਲਗਾਤਾਰ ਮੇਰੇ ਹਲਕੇ 'ਚ ਅੱਤਿਆਚਾਰ ਜਾਰੀ ਹੈ। ਸਾਡੇ ਸਰਪੰਚਾਂ ਦੇ, ਐਮ ਸੀਆਂ ਦੇ, ਬਲਾਕ ਸੰਮਤੀ ਮੈਂਬਰਾਂ ਦੇ ਲਗਾਤਾਰ ਪਰਚੇ ਦਰਜ ਹੋ ਰਹੇ ਹਨ। ਸਭ ਤੋਂ ਪਹਿਲਾਂ ਤਾਂ ਸਰਪੰਚਾਂ ਨੂੰ ਜਲੀਲ ਕਰਿਆ ਜਾ ਰਿਹਾ। 4-4 ਵਾਰੀ ਇਨਕੁਆਇਰੀਆਂ ਹੁੰਦੀਆਂ, ਦਫ਼ਤਰਾਂ 'ਚ ਬਿਠਾ ਕੇ ਬਾਹਰ 2-2 ਘੰਟੇ ਇੰਤਜ਼ਾਰ ਕਰਵਾਇਆ ਜਾਂਦਾ, ਫਿਰ ਪਰਚੇ ਦਰਜ। ਇਸੇ ਤਰ੍ਹਾਂ ਐਮ ਸੀਆਂ ਦੇ ਤੁਸੀਂ ਦੇਖੋ ਵੀ ਇੱਕ ਪਰਚੇ, ਹੁਣ ਤੋਂ ਪਹਿਲਾਂ 7 ਐਮ ਸੀਆਂ ਦੇ ਪਰਚੇ ਦਰਜ, ਡੇਰਾਬਸੀ 'ਚ ਐਮ ਸੀ ਦੇ ਪਰਚਾ ਦਰਜ, ਲਾਲੜੂ 'ਚ ਲਗਾਤਾਰ ਐਮਸੀਆਂ ਨੂੰ ਥਾਣਿਆਂ 'ਚ ਡੀਐਸ। ਤੇ ਖਬਰ ਗੁਰਦਾਸਪੁਰ ਤੋਂ ਲੈਂਦੇ ਹਾਂ, ਜਿੱਥੇ ਸੈਂਟਰਲ ਜੇਲ੍ਹ ਵਿੱਚ 3 ਦਿਨ ਪਹਿਲਾਂ ਇੱਕ ਗੀਤਾ ਨਾਮ ਦੀ ਔਰਤ ਨੂੰ 18 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। 1 ਦਿਨ ਦੇ ਰਿਮਾਂਡ ਤੋਂ ਬਾਅਦ ਉਸਨੂੰ ਸੈਂਟਰਲ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਗਿਆ ਸੀ, ਪਰ ਅਚਾਨਕ ਉੱਥੇ ਉਸਦੀ ਮੌਤ ਹੋ ਗਈ, ਜਿਸ ਕਰਕੇ ਪੁਲਿਸ ਤੇ ਕਈ ਸਵਾਲ ਖੜੇ ਹੋ ਰਹੇ ਨੇ। ਗੀਤਾ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਤੇ ਉਧਰ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲ ਗੀਤਾ ਨਾਮ ਦੀ ਕੈਦੀ ਨੂੰ ਲਿਆਂਦਾ ਗਿਆ ਸੀ, ਉਸ ਸਮੇਂ ਉਸਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਸੀ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹੁਣ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਪਤਾ ਚੱਲ ਸਕੇਗਾ। ਕਿੰਨਾ ਗ੍ਰਾਮ? 18 ਗ੍ਰਾਮ। ਇਹ ਐਤਵਾਰ ਦੀ ਗੱਲ ਹੈ। ਪਤਾ ਨਹੀਂ ਇਹ ਆਏ ਆ ਕਿ ਮਲਕੀ ਰਾਤ ਇਹਨਾਂ ਨੇ ਆ ਕੇ ਮਾਰਕੁੱਟ ਕੀਤੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਤੇ ਘਰੋਂ ਲੈ ਗਏ ਆ, ਤੇ ਜਦੋਂ ਮਲਕੀ ਉੱਥੇ ਗਏ ਆ ਤੇ ਉੱਥੋਂ ਆਣ ਕੇ ਸਵੇਰੇ ਅਸੀਂ ਗਏ ਆ ਤਾਂ ਬਾਵੀ ਆ ਮਲਕੀ ਹੋਸ਼ ਇਹਨਾਂ ਨੂੰ ਹੈ ਨਹੀਂ, ਬੇਹੋਸ਼ ਸੀ ਜਦੋਂ ਮੈਂ ਗਈ ਹਾਂ ਉੱਥੇ। ਤੇ ਇਹਨਾਂ ਨੂੰ ਮੈਂ ਕਿਹਾ ਮੰਮੀ ਕੀ ਗੱਲ ਆ, ਇਹਨਾਂ ਕੋਲ ਬੋਲਣ ਦੀ ਹਾਲਤ ਵਿੱਚ ਇਹ ਹੈ ਨਹੀਂ। ਮੈਂ ਠਾਂਦਾ ਦੇ ਪੈਰੀ ਪੂਰੀ ਪਈ ਕਿ ਇਹਨਾਂ ਨੂੰ ਅਸੀਂ ਹਸਪਤਾਲ ਦਾ ਹੱਲ ਕਰਵਾ ਦਿੰਦੇ ਹਾਂ ਅਤੇ ਅਸੀਂ ਮਲਕੀ ਤੁਸੀਂ ਬਾਅਦ 'ਚ ਪੇਸ਼ ਕਰਾਵਾਂਗੇ ਅਸੀਂ ਇਹਨਾਂ ਨੂੰ। ਅੱਜ ਇਹ ਕੇਸ ਜਿਹੜਾ ਗੀਤਾ ਵਾਈਫ ਆਫ ਕੇਵਲ ਕ੍ਰਿਸ਼ਨ ਸੈਂਟਰ ਜਿਹੜਾ ਗੁਰਦਾਸਪੁਰ ਤੋਂ ਆਈ ਸੀ ਵਿਦ ਹਿਸਟਰੀ ਆਫ ਬ੍ਰੈਥਲੈਸਨੈਸ, ਸਾਹ ਚੜ੍ਹਦਾ ਸੀ, ਉਹਨੂੰ ਆਪਾਂ ਟ੍ਰੀਟਮੈਂਟ ਕੀਤਾ, ਉਹਦੇ ਟੈਸਟ ਵਗੈਰਾ ਕੀਤੇ, ਉਹਦੇ ਵਿੱਚ ਕਾਰਡਿਕ ਚੇਂਜਿਸ ਸੀ ਅਤੇ ਮੇਨ ਟਾਈਮ ਕਾਰਡਿਕ ਸਾਡਾ ਕਾਰਡਿਕ ਅਰੈਸਟ ਹੋ ਗਿਆ, ਜਿਸ ਕਰਕੇ ਉਹਦੀ ਮੌਤ ਹੋ ਗਈ। ਸਾਡੇ ਕਾਰਡਿਕ ਅਰੈਸਟ ਹੋਣ ਕਰਕੇ ਬਾਕੀ ਪੋਸਟਮਾਰਟਮ ਦਾ ਪਤਾ ਲੱਗੇਗਾ, ਹੋ ਸਕਦਾ ਕੋਈ ਨਹੀਂ ਸੀ। ਇੱਥੇ ਵੇਲਾ ਹੋ ਚੱਲਿਆ ਛੋਟਾ ਜਿਹਾ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।